ਹਮਾਰ ਫੇਲ ਬਜਟ ਦਿਓ ਮੈਨੂੰ ਪਤਾ ਨਹੀਂ ਕਿ ਖਜ਼ਾਨਾ ਮੰਤਰੀ ਨੂੰ ਮੈਂ ਬਹਾਨਾ ਮੰਤਰੀ ਕਵਾਂ ਕਿ ਟੈਕਸ ਮੰਤਰੀ ਕਵਾਂ ਕਿਉਂਕਿ ਜਿੱਥੇ ਸਾਰੇ ਪੰਜਾਬ 'ਚ ਗੁੰਡਾ ਟੈਕਸ ਚੱਲ ਰਿਹਾ ਸੀ ਸਾਡੇ ਬਠਿੰਡੇ 'ਚ ਜੀਜਾ ਸਾਲਾ ਟੈਕਸ ਚੱਲ ਰਿਹਾ ਲੇਕਿਨ ਹੁਣ ਸਾਰੇ ਪੰਜਾਬ ਦੇ ਟੈਕਸ ਪੇਅਰਸ ਨੂੰ ਇੱਕ ਮਨਪ੍ਰੀਤ ਟੈਕਸ ਨਵਾਂ ਲਾਤਾ ਜਿਹੜਾ ਕਿਸੇ ਹੋਰ ਸੂਬੇ 'ਚ ਪੰਜਾਬ ਦੇ ਇਤਿਹਾਸ 'ਚ ਨਹੀਂ ਸੁਣਿਆ ਕਿ ਜਿਹੜਾ ਮੁਲਾਜ਼ਮ ਦੁਕਾਨਦਾਰ ਵਪਾਰੀ ਨਾਗਰਿਕ ਟੈਕਸ ਭਰਦਾ ਹੈ ਉਹਨੂੰ ਸਾਲ ਦਾ 24,000 ਦਾ ਹੋਰ ਵੱਧ ਮੰਥਲੀ ਟੈਕਸ ਲੱਗ ਗਿਆ ਹੈਗਾ ਕਿਉਂਕਿ ਉਹ ਟੈਕਸ ਭਰਦਾ ਹੈਗਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਕੇ ਬਜਟ ਕੀ ਕੜੀ ਆਲੋਚਨਾ ਕੀ ਹੈ। ਉਨ੍ਹੋਂਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋ ਬਹਾਨਾ ਮੰਤਰੀ ਕਹਿਣਾ ਜ਼ਿਆਦਾ ਠੀਕ ਰਹੇਗਾ। ਉਨ੍ਹੋਂਨੇ ਕਿਹਾ ਕਿ ਕੈਪਟਨ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਆ ਹੈ। ਹਰਸਿਮਰਤ ਕੌਰ ਬਾਦਲ ਆਜ ਜਲਾਲਾਬਾਦ ਕੇ ਗਾਂਵ ਜੰਡਵਾਲਾ ਭੀਮੇਸ਼ਾ ਮੇਂ ਨੰਨੀ ਛਾਂ ਸੈਂਟਰ ਕੇ ਕਾਰਜਕ੍ਰਮ ਮੇਂ ਸ਼ਾਮਿਲ ਹੋਣੇ ਕੇ ਲੀਏ ਆਈ ਹੋਈ ਥੀ। ਹਰਸਿਮਰਤ ਕੌਰ ਬਾਦਲ ਨੇ ਸੈਂਟਰ ਮੇਂ ਟ੍ਰੇਨਿੰਗ ਲੈਣੇ ਵਾਲੀ ਲੜਕੀਓ ਮੇਂ ਸਰਟੀਫਿਕੇਟ ਔਰ ਅਨਯ ਉਪਹਾਰ ਬਾਂਟੇ। ਆਈਏ ਦੇਖਤੇ ਹੈ ਇਹ ਰਿਪੋਰਟ। ਦੋਸਤੋ ਉਮੀਦ ਹੈ ਕਿ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਲਿਆ ਹੋਗਾ। ਅਗਰ ਆਪਨੇ ਅਭੀ ਤੱਕ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਤੋ ਪਲੀਜ਼ ਚੈਨਲ ਕੋ ਸਬਸਕ੍ਰਾਈਬ ਕਰ ਲੇ, ਵੀਡੀਓ ਕੋ ਸ਼ੇਅਰ ਕਰੇ, ਲਾਈਕ ਕਰੇ ਔਰ ਆਪਣੀ ਰਾਏ ਵੀ ਹਮੇ ਬਤਾਨਾ ਨਾ ਭੁੱਲੇ। ਖਜ਼ਾਨਾ ਭਰ ਭਰ ਕੇ ਲੋਕਾਂ ਦੀ ਸਹੂਲਤਾਂ ਖੋ ਕੇ ਵਿਕਾਸ ਦੇ ਕੰਮ ਠੱਪ ਕਰਕੇ ਸੂਬੇ ਦੀ ਤਰੱਕੀ ਵਾਸਤੇ ਨਹੀਂ ਲੇਕਿਨ ਲੋਕਾਂ ਦੇ ਜੇਬਾਂ ਤੋਂ ਪੈਸਾ ਕਢਾ ਕੇ ਖਜ਼ਾਨੇ ਵਿੱਚ ਭਰ ਕੇ ਕੀ ਤਰੱਕੀ ਹੋ ਜਾਊਗੀ ਸੂਬੇ ਦੀ ਮੈਨੂੰ ਸਮਝ ਨਹੀਂ ਆ ਰਹੀ। ਸੋ ਅਫਸੋਸ ਇਹਨਾਂ ਦਾ ਝੂਠ ਸਾਹਮਣੇ ਆਇਆ ਜਿਸ ਵਿੱਤ ਮੰਤਰੀ ਨੇ ਆਪ ਚੋਣ ਮੈਨੀਫੈਸਟੋ 'ਚ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਕੀਤੀ ਸੀ, ਧੇਲਾ ਨਹੀਂ ਕਰਜ਼ਾ ਮਾਫ਼ੀ ਦੇ ਨਾਂ 'ਚ, ਘਰ ਘਰ ਨੌਕਰੀ ਗਈ ਸੀ ਧੇਲਾ ਨਹੀਂ ਨੌਕਰੀਆਂ ਦੇਣ ਵਾਸਤੇ, ਪੈਨਸ਼ਨ ਸ਼ਗਨ ਆਮਦਨ ਵਧਾਉਣ ਵਾਸਤੇ ਕੀਤੀ ਸੀ ਤਾਂ ਪੈਨਸ਼ਨ ਸ਼ਗਨ ਤਾਂ ਸ਼ਗਨ ਮਿਲਿਆ ਹੀ ਨਹੀਂ, ਪੈਨਸ਼ਨ ਕੱਟ ਗਈ, ਆਟਾ ਦਾਲ ਦੇ ਕਾਰਡ ਕੱਟ ਗਏ। ਸੋ ਇਹੋ ਜਿਹੀ ਝੂਠੀ ਸਰਕਾਰ ਜਿਹੜਾ ਹਰ ਸਾਲ ਬਜਟ ਦੇ ਬਾਰੇ ਗੱਲਾਂ ਕਰਦੀ ਹੈ ਲੇਕਿਨ ਪਿਛਲੇ ਬਜਟ ਨੂੰ ਦੇਖੋ ਤਾਂ ਪਿਛਲੇ ਬਜਟ ਦਾ 15% ਵੀ ਨਹੀਂ ਜ਼ਮੀਨੀ ਉੱਤਰਿਆ ਅਤੇ ਹੁਣ ਅੱਜ ਦੇ ਬਜਟ ਦਾ ਕੀ ਕਹੀਏ। ਸੋ ਬਿਲਕੁਲ ਬਹਾਨਾ ਮੰਤਰੀ ਹੈਗਾ, ਇਹ ਝੂਠ ਦਾ ਬਜਟ ਹੈਗਾ ਅਤੇ ਲੋਕਾਂ ਦੇ ਵਿਰੋਧ ਐਂਟੀ ਫਾਰਮਰ, ਐਂਟੀ ਦਲਿਤ, ਐਂਟੀ ਪੀਪਲ ਆਫ ਪੰਜਾਬ ਐਂਡ ਐਂਟੀ ਯੂਥ ਬਜਟ। ਮੈਂ ਇੱਥੇ ਭੀਮੇਸ਼ਾ ਜੰਡ ਵਾਲੇ ਆਈ ਹਾਂ, ਇੱਥੇ ਬੀਬਾ ਹਰਸਿਮਰਤ ਕੌਰ ਜੀ ਬਹੁਤ ਸਾਰੀ ਬੱਚੀਆਂ ਨੂੰ ਮਸ਼ੀਨਾਂ ਵੰਡ ਕੇ ਗਏ, ਉਹਨਾਂ ਦੀ ਮਹਿਮ ਤਹਿਤ ਅੱਜ ਕੁੜੀਆਂ ਆਪਣੇ ਪੈਰਾਂ 'ਤੇ ਖੜੀਆਂ ਹੋ ਗਈਆਂ ਨੇ, ਗਰੀਬ ਘਰ ਦੀਆਂ ਕੁੜੀਆਂ ਨੇ ਆਪਣਾ ਰੋਜ਼ੀ ਰੋਟੀ ਕਮਾਉਣ ਦੇ ਕਮਾ ਕੇ ਆਪਣੇ ਪੈਰਾਂ 'ਤੇ ਖੜੀਆਂ ਹੋ ਗਈਆਂ। ਬੀਬਾ ਜੀ ਨੇ ਬਹੁਤ ਇੱਕ ਨੰਨੀ ਛਾਂ ਸਿਲਾਈ ਸੈਂਟਰ ਸਕੀਮ ਚਲਾ ਕੇ ਬਹੁਤ ਵਧੀਆ ਕੰਮ ਕੀਤਾ, ਉਹਨਾਂ ਨੇ ਇੱਕ ਭਰੂਣ ਹੱਤਿਆ ਦਾ ਵੀ ਉਹਨਾਂ ਨੇ ਕੰਮ ਕੀਤਾ ਅਤੇ ਜਿਹਦੇ ਕਰਕੇ ਕੁੜੀਆਂ ਹੁਣ ਸਿਲਾਈ ਵਿੱਚ ਵੱਲ ਸੇਕ ਕੇ ਆਪਣੇ ਪੈਰਾਂ 'ਤੇ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਹੱਥ 'ਚ ਇੱਕ ਸਰਟੀਫਿਕੇਟ ਹੈ ਜੋ ਕਿ ਮੈਨੂੰ ਮੈਮ ਹਰਸਿਮਰਤ ਕੌਰ ਜੀ ਨੇ ਦਿੱਤਾ ਹੈ, ਉਹਨਾਂ ਨੇ ਕੁੜੀਆਂ ਨੂੰ ਜਿਹੜਾ ਸਨਮਾਨ ਬਖਸ਼ਿਆ ਹੈ ਅੱਜ ਮੈਂ ਵੀ ਉਸੇ ਸਨਮਾਨ ਦੀ ਇੱਕ ਹੱਕਦਾਰ ਬਣ ਗਈ ਹਾਂ। ਉਹਨਾਂ ਨੇ ਇੱਥੇ ਸਭ ਕੁੜੀਆਂ ਨੂੰ ਮਸ਼ੀਨਾਂ ਦਿੱਤੀਆਂ ਨੇ, ਸਿਲਾਈ ਸਿਖਾਇਆ ਹੈ, ਬਹੁਤ ਵਧੀਆ ਤਰੀਕੇ ਦਾ ਸਾਨੂੰ ਹੁਨਰ ਸਾਡੇ ਹੱਥ ਵਿੱਚ ਹੈ ਅਤੇ ਅਸੀਂ ਅੱਜ ਕਿਤੇ ਵੀ ਜਾ ਕੇ ਸੋਹਣੇ ਪੈਸੇ ਕਮਾ ਸਕਦੇ ਹਾਂ। ਸ਼ਹਿਰ ਦੇ ਵਿੱਚ ਇੱਕ ਡਿਜ਼ਾਇਨਿੰਗ ਦੀ ਦੁਕਾਨ ਖੋਲ੍ਹ ਕੇ ਅਸੀਂ ਡਿਜ਼ਾਈਨਰ ਸੂਟ ਡਿਜ਼ਾਈਨ ਕਰ ਸਕਦੇ ਹਾਂ, ਵੇਚ ਸਕਦੇ ਹਾਂ ਅਤੇ ਪੈਸੇ ਕਮਾ ਸਕਦੇ ਹਾਂ। ਅਸੀਂ ਇਸ ਲਈ ਮੈਮ ਦੇ ਸ਼ੁਕਰਗੁਜ਼ਾਰ ਹਾਂ, ਉਹਨਾਂ ਦੇ ਧੰਨਵਾਦੀ ਹਾਂ।